नमस्कार दोस्तों, फाइव रिवर न्यूज देख रहे सारे ही दर्शकों का स्वागत है। दोस्तों, पंजाब च वापरी एक और दर्दनाक घटना। अज फलोर के नज़दीक पेंदे भैनी ड्रैन के उत्ते पल्सर से सवार दो नामलूम व्यक्तियों ने लुट की वारदात को दिता अंजाम। इस मौके प्रेस को जानकारी देते हुए गीता पत्नी रामनाथ पंच दसांझ कला ने दसिया कि वह अपने एक्टिवा से बिलगा किसी रिश्तेदार से जा रही थी। रस्ते उन्होंने दो नामलूम व्यक्तियों ने रात विच रोक के उसके कन्नों में वालियां ला लिया और उसे धक्का मार के सुट गए, जिस ना उसके सिर विच ते मोटे ते गंभीर सट लगी है। उसे फगवाड़ा के सिविल हस्पताल विखे ले जाया गया। उन्होंने प्रशासन तो मांग की है कि इस जल्द तो जल्द फड़ इन्हां ते काबू पाया जाए तो उन्हां दा समान वापस किया जाए। इस मौके थाना बिलगा के SHO बिलगा अपनी पुलिस पार्टी नाल मौके ते पहुंच गए ते आस पास लगे CCTV कैमरिया की मदद नाल दोषियों की भाल की जा रही है। जल्द उन्होंने सलाखों के पिछे दिता जाएगा। जी हाँ दोस्तों, बने रहो साढ़े नाल, देखते रहो साडा चैनल। जे साडे चैनल ते नवे तो साडे चैनल हुणे सबसक्राइब कर लो ते ऑल बेल आइकन ते क्लिक करो। दोस्तों, जेकर तुसीं साडे फेसबुक पेज ते नवे तो फेसबुक पेज नूं लाइक एंड फॉलो जरूर करो ते पोस्ट नूं वध तों वध शेयर करो। अगर जेकर तुहाडा पंजाब प्रति कोई सुझाओ है तो कमेंट बॉक्स च रख सकते हो। फलोर तो साबी दासी के शाह कोटी नील कुमार की विशेष रिपोर्ट। ਅਸੀਂ ਆਪਣੇ ਪਿੰਡ ਨੂੰ ਜਾਂਦੇ ਸੀ ਜਰਾ ਜੀ ਨੂੰ ਤੇ ਪਿੱਛੋਂ ਦੀ ਦੋ ਮੁੰਡੇ ਆਏ ਉਹਦੀ ਮੇਰੇ ਨਾਲੇ ਬਾਲਗਾਂ ਲਾਈਆਂ ਨਾਲੇ ਫੋਨ। ਅੱਛਾ, ਬਾਲੀਆਂ ਲਾ ਲਈਆਂ? ਹਾਂਜੀ, ਫੇਰ ਮੈਂ ਸੈੱਟ ਕੀਤਾ ਨਾ। ਅੱਛਾ ਜੀ, ਤੇ ਸੈੱਟ ਕੇ ਤੁਹਾਨੂੰ ਨੱਠ ਗਏ? ਹੋਰ ਵੀ ਕੁਝ ਫੋਨ ਲਗੇ? ਨਹੀਂ, ਫੋਨ ਫੋਂਦੇ ਸੀਗੇ, ਮੈਂ ਫੋਨ ਥੱਲੇ ਨੂੰ ਕਰ ਲਿਆ ਤੇ ਫੇਰ ਮੈਂ ਰੌਲਾ ਪਾ ਦਿੱਤਾ। ਅੱਛਾ ਜੀ, ਫੇਰ ਉਹ ਇਹਨਾਂ ਦੇ ਕੋਲੋਂ ਮੇਰੇ ਹਸਬੈਂਡ ਤੋਂ ਸਕੂਟਰੀ ਖੜੀ ਕਰਕੇ ਜਦ ਦੇਖਣ ਲੱਗੇ ਤਾਂ ਉਹ ਭੱਜ ਗਏ, ਪਿੱਛੇ ਨੂੰ ਭੱਜ ਗਏ। ਅਸੀਂ ਜਿਦਾਂ ਫਲੋਰ ਤੋਂ ਬੈਠ ਕੇ ਜਾ ਰਹੇ ਸੀ, ਜਦੋਂ ਮਤਲਬ ਪਤਾ ਨੀ ਸਾਨੂੰ ਦੇਖ ਰਿਹਾ ਕਿੱਧਰ, ਇੱਕਦਮ ਹੌਲੀ ਹੌਲੀ ਥੋੜੀ ਸਪੀਡ ਜਾ ਰਹੇ ਸੀ ਅਸੀਂ। ਉਹਨੇ ਮਗਰ ਆ ਕੇ ਕੰਨ ਨੂੰ ਹੱਥ ਦੋਹਾਂ ਨੂੰ ਪਾ ਲਿਆ, ਬਾਲੀ ਖਿੱਚ ਲਈ ਤਾਂ ਉਹ ਖਿੱਚਣ ਨਾਲ ਮੂੰਹ ਦੀ ਵੜ ਲੱਗ ਪਈ ਮੋਹ ਨੂੰ। ਮੈਂ ਚੱਲਦੇ ਫਿਰ ਇੱਕਦਮ ਬ੍ਰੇਕ ਲਾ ਕੇ ਖੜਾ ਕਰ ਲਿਆ, ਉੱਥੋਂ ਹੌਲੀ ਸੀ ਅਸੀਂ ਕਿਉਂ ਨੀ ਇੱਕਦਮ ਜਾਣੀ ਕਿ ਦੇਖਣ ਦਾ ਮੈਨੂੰ ਮੌਕਾ ਮਿਲਿਆ, ਇੱਕਦਮ ਮੋੜ ਕੇ ਪਿੱਛੇ ਨੂੰ ਇਹ ਪਿੱਛੇ ਨੂੰ ਮੁੜ ਗਿਆ। ਇਹ ਨੀ ਪਤਾ ਵੀ ਭੈਣੀ ਵੱਲ ਨੂੰ ਚੱਲ ਗਿਆ, ਬਾਅਦ ਚ ਨਹੀਂ ਬੋਲ ਉਹ ਕੈਮ ਉਸ ਤੋਂ ਫਲੋਰ ਪਿੱਛੇ ਨੂੰ ਮੁੜਿਆ ਸਾਡੇ ਕੋਲ ਇੱਥੋਂ ਇੱਕ ਹੱਥ ਗਾਹਾਂ ਆ। ਹਾਂ, ਸ਼ਿਕਾਇਤ ਕੀਤੀ ਹੈ ਆਪਣੀ ਪਤਨੀ ਦੇ ਨਾਲ ਦਸਾਂਝ ਕਲਾਂ ਤੋਂ ਇੱਥੇ ਆਪਣੇ ਆਏ ਜੀ, ਨੰਗਲ ਪਿੰਡ ਆਏ। ਨੰਗਲ ਤੋਂ ਬਿਲਗੇ ਨੂੰ ਜਾਂਦੇ ਸੀ ਕਰੀਬ 12:20 ਦਾ ਜੀ। ਆ ਬਾਬਾ ਜੀ ਦੀ ਜਗ੍ਹਾ ਦੇ ਲਾਗੇ ਦੋ ਨਾਮ ਨੂੰ ਡੇਰਾ ਬਾਬਾ ਲੱਦੇ ਸ਼ਾਹ ਦੀ ਜਗ੍ਹਾ ਦੇ ਲਾਗੇ ਦੋ ਨਾਮ ਨੂੰ ਮੋਟਰ ਸਵਾਰਾਂ ਨੇ ਮੋਟਰਸਾਈਕਲ ਮਗਰੋਂ ਲਾ ਕੇ ਦੇਦੀ ਦੀਆਂ ਗੀਤਾ ਦੀਆਂ ਵਾਲੀਆਂ ਲਾਈਆਂ। ਕੈਮਰੇ ਚੈੱਕ ਕਰ ਰਹੇ ਹਾਂ, ਕਾਰਵਾਈ ਅਮਲ ਵਿੱਚ ਜਾਂਦੀ ਹੈ ਜੀ। ਹਾਂਜੀ, ਉਹ ਦੱਸਦੇ ਆ ਜਿਹੜੀ ਲੇਡੀ ਜੀ ਮਗਰ ਬੈਠੀ ਆ ਜੀ, ਉਹ ਡਿੱਗਣ ਨਾਲ ਉਹਦੇ ਲੱਗੀ ਆ ਮੱਥੇ ਮੁੱਥੇ ਤੇ ਸੱਟ ਲੱਗੀ ਆ।